ਤਸਵੀਰਾਂ 'ਚ ਨਜ਼ਰ ਆ ਰਹੀ ਇਸ ਪਿਆਰੀ ਜਿਹੀ ਬੱਚੀ ਦਾ ਨਾਮ ਇਬਾਦਤ ਕੌਰ ਹੈ ਅਤੇ ਇਬਾਦਤ ਇਸ ਵੇਲੇ ਸਿਰਫ 6 ਮਹੀਨੇ ਦੀ ਹੈ ਜੋ ਕਿ ਇੱਕ ਗੰਭੀਰ ਬਿਮਾਰੀ ਦੇ ਨਾਲ ਪੀੜਤ ਹੈ ਅਤੇ ਜੇ ਇਲਾਜ ਵੀ ਸਹੀ ਸਮੇਂ ਨਾ ਹੋ ਪਾਇਆ ਤਾਂ ਇਬਾਦਤ ਕੁਝ ਹੀ ਮਹੀਨੇ ਜ਼ਿੰਦਾ ਰਹਿ ਪਾਵੇਗੀ ਪਰ ਇਸ ਗੰਭੀਰ ਬਿਮਾਰੀ ਦਾ ਇਲਾਜ ਸਿਰਫ ਇੱਕ ਟੀਕੇ ਦੇ ਨਾਲ ਹੈ ਜਿਸ ਦੀ ਕੀਮਤ 14.5 ਕਰੋੜ ਰੁਪਏ ਦੀ ਹੈ ਜੋ ਮਾਤਾ ਪਿਤਾ ਦੀ ਪਹੁੰਚ ਤੋਂ ਬਹੁਤ ਦੂਰ ਹੈ ਜਿਸ ਕਾਰਨ ਗੁਰਜੀਤ ਕੌਰ ਅਤੇ ਸੁਖਪਾਲ ਸਿੰਘ ਆਪਣੀ ਮਾਸੂਮ ਬੇਟੀ ਇਬਾਦਤ ਕੌਰ ਦੇ ਲਈ ਹੁਣ ਲੋਕਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਇਬਾਦਤ ਦਾ ਇਲਾਜ ਪੰਜਾਬ ਦੇ ਏਮਸ ਦੇ ਵਿੱਚ ਚੱਲ ਰਿਹਾ ਪਰ ਇਲਾਜ ਦਾ ਖਰਚ ਬਹੁਤ ਜ਼ਿਆਦਾ ਹੈ ਤੇ ਹੁਣ ਮਾਂ ਪਿਓ ਆਪਣੀ ਬੱਚੀ ਨੂੰ ਬਚਾਉਣ ਲਈ ਦੂਜਿਆਂ ਦਾ ਸਹਿਯੋਗ ਚਾਹੁੰਦੇ ਨੇ ਜਿਸ ਦੇ ਚੱਲਦੇ ਮਾਂ ਪਿਓ ਨੇ ਇੱਕ QR ਕੋਡ ਵੀ ਜਾਰੀ ਕੀਤਾ ਜਿਸ ਤੇ ਤੁਸੀਂ ਦਾਨ ਕਰਕੇ ਇਸ ਬੱਚੀ ਨੂੰ ਨਵੀਂ ਜ਼ਿੰਦਗੀ ਦੇ ਸਕਦੇ ਹੋ ਅਤੇ ਇਬਾਦਤ2@yesbanklimited ਤੇ ਦਾਨ ਕਰ ਸਕਦੇ ਹੋ ਦਰਅਸਲ ਇਬਾਦਤ ਸਪਾਈਨਲ ਮਸਕੂਲਰ ਐਟ੍ਰੋਫੀ Type 1 ਤੋਂ ਪੀੜਤ ਹੈ ਇਹ ਇੱਕ ਗੰਭੀਰ ਬਿਮਾਰੀ ਹੈ ਜੋ ਬੱਚੇ ਦੇ ਜਨਮ ਤੋਂ ਹੀ ਹੋ ਜਾਂਦੀ ਹੈ SMA Type 1 ਵਾਲੇ ਬੱਚਿਆਂ 'ਚ ਸੀਮਿਤ ਗਤੀ ਹੁੰਦੀ ਹੈ ਉਹ ਬਿਨਾਂ ਸਹਾਰੇ ਬੈਠ ਨਹੀਂ ਸਕਦੇ ਤੇ ਸਾਹ ਲੈਣ ਅਤੇ ਖਾਣਾ ਖਾਣ ਅਤੇ ਨਿਗਲਣ ਦੇ ਵਿੱਚ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਬਿਮਾਰੀ ਦੇ ਲੱਛਣ ਜਨਮ ਸਮੇਂ ਜਾਂ ਫਿਰ 6 ਮਹੀਨੇ ਦੇ ਵਿੱਚ ਹੀ ਦਿਖਾਈ ਦਿੰਦੇ ਨੇ ਅਤੇ ਦੁੱਖ ਦੀ ਗੱਲ ਇਹ ਹੈ ਕਿ ਇਸ ਬਿਮਾਰੀ ਤੋਂ ਪੀੜਤ ਬੱਚਿਆਂ ਦੀ ਜ਼ਿੰਦਗੀ 2 ਸਾਲ ਤੋਂ ਵੀ ਘੱਟ ਹੁੰਦੀ ਹੈ ਇਬਾਦਤ ਵੀ ਇਸ ਬਿਮਾਰੀ ਦੇ ਨਾਲ ਜੂਝ ਰਹੀ ਹੈ ਅਤੇ ਮਾਂ ਪਿਓ ਹੁਣ ਲੋਕਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਜਿਸ ਦੇ ਚੱਲਦੇ ਇੱਕ QR ਕੋਡ ਵੀ ਜਾਰੀ ਕੀਤਾ ਗਿਆ ਤੁਸੀਂ ਵੀ ਇਸ QR ਕੋਡ ਨੂੰ ਸਕੈਨ ਕਰਕੇ ਆਪਣੇ 10 ਵੰਦ ਇਸ ਬੱਚੀ ਦੇ ਨਾਮ ਕਰ ਸਕਦੇ ਹੋ ਅਤੇ ਇਸ ਨੂੰ ਨਵੀਂ ਜ਼ਿੰਦਗੀ ਦੇ ਸਕਦੇ ਹੋ ਤਸਵੀਰਾਂ 'ਚ ਨਜ਼ਰ ਆ ਰਹੀ ਇਸ ਪਿਆਰੀ ਜਿਹੀ ਬੱਚੀ ਦਾ ਨਾਮ ਇਬਾਦਤ ਕੌਰ ਹੈ ਅਤੇ ਇਬਾਦਤ ਇਸ ਵੇਲੇ ਸਿਰਫ 6 ਮਹੀਨੇ ਦੀ ਹੈ ਜੋ ਕਿ ਇੱਕ ਗੰਭੀਰ ਬਿਮਾਰੀ ਦੇ ਨਾਲ ਪੀੜਤ ਹੈ ਅਤੇ ਜੇ ਇਲਾਜ ਵੀ ਸਹੀ ਸਮੇਂ ਨਾ ਹੋ ਪਾਇਆ ਤਾਂ ਇਬਾਦਤ ਕੁਝ ਹੀ ਮਹੀਨੇ ਜ਼ਿੰਦਾ ਰਹਿ ਪਾਵੇਗੀ ਪਰ ਇਸ ਗੰਭੀਰ ਬਿਮਾਰੀ ਦਾ ਇਲਾਜ ਸਿਰਫ ਇੱਕ ਟੀਕੇ ਦੇ ਨਾਲ ਹੈ ਜਿਸ ਦੀ ਕੀਮਤ 14.5 ਕਰੋੜ ਰੁਪਏ ਦੀ ਹੈ ਜੋ ਮਾਤਾ ਪਿਤਾ ਦੀ ਪਹੁੰਚ ਤੋਂ ਬਹੁਤ ਦੂਰ ਹੈ ਜਿਸ ਕਾਰਨ ਗੁਰਜੀਤ ਕੌਰ ਅਤੇ ਸੁਖਪਾਲ ਸਿੰਘ ਆਪਣੀ ਮਾਸੂਮ ਬੇਟੀ ਇਬਾਦਤ ਕੌਰ ਦੇ ਲਈ ਹੁਣ ਲੋਕਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਇਬਾਦਤ ਦਾ ਇਲਾਜ ਪੰਜਾਬ ਦੇ ਏਮਸ ਦੇ ਵਿੱਚ ਚੱਲ ਰਿਹਾ ਪਰ ਇਲਾਜ ਦਾ ਖਰਚ ਬਹੁਤ ਜ਼ਿਆਦਾ ਹੈ ਤੇ ਹੁਣ ਮਾਂ ਪਿਓ ਆਪਣੀ ਬੱਚੀ ਨੂੰ ਬਚਾਉਣ ਲਈ ਦੂਜਿਆਂ ਦਾ ਸਹਿਯੋਗ ਚਾਹੁੰਦੇ ਨੇ ਜਿਸ ਦੇ ਚੱਲਦੇ ਮਾਂ ਪਿਓ ਨੇ ਇੱਕ QR ਕੋਡ ਵੀ ਜਾਰੀ ਕੀਤਾ ਜਿਸ ਤੇ ਤੁਸੀਂ ਦਾਨ ਕਰਕੇ ਇਸ ਬੱਚੀ ਨੂੰ ਨਵੀਂ ਜ਼ਿੰਦਗੀ ਦੇ ਸਕਦੇ ਹੋ ਅਤੇ ਇਬਾਦਤ2@yesbanklimited ਤੇ ਦਾਨ ਕਰ ਸਕਦੇ ਹੋ ਦਰਅਸਲ ਇਬਾਦਤ ਸਪਾਈਨਲ ਮਸਕੂਲਰ ਐਟ੍ਰੋਫੀ Type 1 ਤੋਂ ਪੀੜਤ ਹੈ ਇਹ ਇੱਕ ਗੰਭੀਰ ਬਿਮਾਰੀ ਹੈ ਜੋ ਬੱਚੇ ਦੇ ਜਨਮ ਤੋਂ ਹੀ ਹੋ ਜਾਂਦੀ ਹੈ SMA Type 1 ਵਾਲੇ ਬੱਚਿਆਂ 'ਚ ਸੀਮਿਤ ਗਤੀ ਹੁੰਦੀ ਹੈ ਉਹ ਬਿਨਾਂ ਸਹਾਰੇ ਬੈਠ ਨਹੀਂ ਸਕਦੇ ਤੇ ਸਾਹ ਲੈਣ ਅਤੇ ਖਾਣਾ ਖਾਣ ਅਤੇ ਨਿਗਲਣ ਦੇ ਵਿੱਚ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਬਿਮਾਰੀ ਦੇ ਲੱਛਣ ਜਨਮ ਸਮੇਂ ਜਾਂ ਫਿਰ 6 ਮਹੀਨੇ ਦੇ ਵਿੱਚ ਹੀ ਦਿਖਾਈ ਦਿੰਦੇ ਨੇ ਅਤੇ ਦੁੱਖ ਦੀ ਗੱਲ ਇਹ ਹੈ ਕਿ ਇਸ ਬਿਮਾਰੀ ਤੋਂ ਪੀੜਤ ਬੱਚਿਆਂ ਦੀ ਜ਼ਿੰਦਗੀ 2 ਸਾਲ ਤੋਂ ਵੀ ਘੱਟ ਹੁੰਦੀ ਹੈ ਇਬਾਦਤ ਵੀ ਇਸ ਬਿਮਾਰੀ ਦੇ ਨਾਲ ਜੂਝ ਰਹੀ ਹੈ ਅਤੇ ਮਾਂ ਪਿਓ ਹੁਣ ਲੋਕਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਜਿਸ ਦੇ ਚੱਲਦੇ ਇੱਕ QR ਕੋਡ ਵੀ ਜਾਰੀ ਕੀਤਾ ਗਿਆ ਤੁਸੀਂ ਵੀ ਇਸ QR ਕੋਡ ਨੂੰ ਸਕੈਨ ਕਰਕੇ ਆਪਣੇ 10 ਵੰਦ ਇਸ ਬੱਚੀ ਦੇ ਨਾਮ
ਕਰ ਸਕਦੇ ਹੋ ਅਤੇ ਇਸ ਨੂੰ ਨਵੀਂ ਜ਼ਿੰਦਗੀ ਦੇ ਸਕਦੇ ਹੋ।